ਨਿੱਜੀ ਟੀਵੀ ਚੈਨਲ ਦੇ ਵੱਲੋਂ ਇਤਿਹਾਸ ਦੇ ਨਾਲ ਛੇੜਛਾੜ ਦੇ ਇਲਜ਼ਾਮ ਲਗਾ ਕੇ ਵਾਲਮੀਕੀ ਭਾਈਚਾਰੇ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਮਿਲਿਆ ਜੁਲਿਆ ਅਸਰ ਪੂਰੇ ਪੰਜਾਬ ਦੇ ਵਿੱਚ ਵਿਖਾਈ ਦਿੱਤਾ। ਜਲੰਧਰ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਗਏ, ਪਰ ਸਬਜ਼ੀ ਮੰਡੀ ਤੋਂ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਦਿਖ ਰਿਹਾ ਕਿ ਕਿਵੇਂ ਬੰਦ ਦੀ ਆੜ ਦੇ ਵਿੱਚ ਗੁੰਡਾਗਰਦੀ ਕੀਤੀ ਗਈ। ਤਸਵੀਰਾਂ ਸਾਫ਼ ਦਿਖ ਰਿਹਾ ਕਿ ਕਿਵੇਂ ਕੁਝ ਲੋਕ ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾ ਰਹੇ ਨੇ ਅਤੇ ਸਬਜ਼ੀ ਦੁਕਾਨਦਾਰਾਂ ਦੀ ਸਾਰੀ ਸਬਜ਼ੀ ਰਸਤੇ ਦੇ ਵਿੱਚ ਖਿਲਾਰ ਦਿੱਤੀ ਗਈ ਹੈ, ਜਦਕਿ ਉਹਨਾਂ ਦੇ ਸਮਾਨ ਦੀ ਵੀ ਤੋੜ ਭੰਨ ਕੀਤੀ ਜਾ ਰਹੀ ਹੈ। ਇਸ ਨਾਲ ਹੀ ਕੁਝ ਹੋਰ ਤਸਵੀਰਾਂ ਧੈਨੋਵਾਲੀ ਦੇ ਪੋਸਟ ਆਫਿਸ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਜੰਮ ਕੇ ਤੋੜ ਭੰਨ ਕੀਤੀ ਗਈ ਹੈ, ਯਾਨੀ ਬੰਦ ਦੀ ਆੜ ਦੇ ਵਿੱਚ ਸਬਜ਼ੀ ਦੁਕਾਨਦਾਰਾਂ ਨੂੰ ਵੱਡੇ ਨੁਕਸਾਨ ਦੀ ਭਰਪਾਈ ਕਰਨੀ ਪਏਗੀ, ਜਿਨ੍ਹਾਂ ਦੀ ਸਬਜ਼ੀ ਨੂੰ ਇਸ ਤਰ੍ਹਾਂ ਦੇ ਨਾਲ ਖਰਾਬ ਕਰ ਦਿੱਤਾ ਗਿਆ ਤੇ ਉਹਨਾਂ ਦੀ ਦੁਕਾਨਾਂ ਦੀ ਤੋੜ ਭੰਨ ਵੀ ਕੀਤੀ ਗਈ, ਜਿਸ ਦੇ ਚੱਲਦਿਆਂ ਇਹ ਤਸਵੀਰਾਂ ਆਪਣੇ ਆਪ ਵਿੱਚ ਇਸ ਬੰਦ ਤੇ ਕਈ ਸਵਾਲ ਖੜੇ ਕਰਦੀਆਂ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।